ਅਗਲੀ ਜਿਹੜੀ ਹਰਜੋ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਜ਼ਿਲਨਸਕੀ ਹੁਣੇ ਜੋ ਕਿ ਅਮਰੀਕਾ ਵਿੱਚ ਪਹੁੰਚੇ ਆ ਹੋਰ ਮਿਲਟਰੀ ਰਾਸ਼ੀ ਦੇ ਲਈ ਉਹਨਾਂ ਨੇ ਗੁਹਾਰ ਜਿਹੜੀ ਉਹ ਲਾਈ ਆ ਪਰ ਰਾਈਟ ਨਾਓ ਜਿਹੜੇ ਰਿਪਬਲਿਕਨਸ ਆ ਉਹ ਉਹਨਾਂ ਦਾ ਸਾਥ ਨਹੀਂ ਦੇ ਰਹੇ ਉਹਨਾਂ ਨੇ ਨਾ ਕਰ ਦਿੱਤੀ ਸੀ ਪਹਿਲੋਂ ਵੀ ਇਸ ਬਿੱਲ ਦੇ ਵਿੱਚ ਯੂਕਰੇਨ ਦੇ ਨਾਲ ਨਾਲ ਇਜ਼ਰਾਈਲ ਤੇ ਹੋਰ ਚੀਜ਼ਾਂ ਦੇ ਲਈ ਰਾਸ਼ੀ ਰੱਖੀ ਗਈ ਸੀ ਜਿਸ ਦੇ ਉੱਤੇ ਨਾ ਕਰ ਦਿੱਤੀ ਸੀ ਰਿਪਬਲਿਕਨਸ ਨੇ ਇਹ ਕਹਿ ਕੇ ਵੀ ਤੁਸੀਂ ਜਿਹੜੇ ਸਦਰਨ ਬਾਰਡਰ ਦੇ ਉੱਤੇ ਜੀ ਸਥਿਤੀ ਆ ਉਸ ਨੂੰ ਕਾਬੂ ਕਰਨ ਦੇ ਲਈ ਉਹਦੇ ਲਈ ਇਸ ਦੇ ਵਿੱਚ ਜਿਆਦੀ ਰਾਸ਼ੀ ਰੱਖੋ ਫਿਰ ਆਪਾਂ ਇਸ ਬਾਰੇ ਸੋਚ ਸਕਦੇ ਹਾਂ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਉਹ ਦੋਨਾਂ ਹੀ ਪਾਰਟੀਆਂ ਦੇ ਲੀਡਰਸ ਨੂੰ ਮਿਲੇ ਆ ਚਾਹੇ ਉਹ ਸੈਨੇਟਰ ਚੱਕ ਸ਼ੂਮਰ ਆ ਜਾਂ ਸੈਨੇਟਰ ਮਿਚ ਮਕੋਨਲਾ ਉਹਨਾਂ ਨੂੰ ਉਹਨਾਂ ਨੇ ਬਾਕੀਆਂ ਦੇ ਨਾਲ ਵੀ ਗੱਲਾਂ ਬਾਤਾਂ ਜਿਹੜੀਆਂ ਉਹ ਕੀਤੀਆਂ ਦੋਨਾਂ ਚੈਂਬਰਸ ਦੇ ਵਿੱਚ ਇਸ ਟਾਈਮ ਜਿਹੜੇ ਰਿਪਬਲਿਕਨਸ ਨੇ ਕਿਹਾ ਹੈ ਅਭੀ ਬਾਰਡਰ ਡੀਲ ਤੋਂ ਬਗੈਰ ਇਸ ਉੱਤੇ ਉਹ ਐਕਟ ਨਹੀਂ ਕਰਨਗੇ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਇੱਕ ਵਾਰੀ ਫੇਰ ਉਹ ਜਲਦ ਮੁਲਾਕਾਤ ਕਰ ਸਕਦੇ ਆ ਹਾਲ ਦੀ ਘੜੀ ਜ਼ਲੰਸਕੀ ਹੋਣਾਂ ਦੀ ਇਹ ਜਿਹੜੀ ਗੁਹਾਰ ਮੀਰੂਜ਼ ਦੇ ਨਾਲ ਲੜਾਈ ਦੇ ਲਈ ਉਹਨਾਂ ਨੂੰ ਜਿਹੜੀ ਰਾਸ਼ੀ ਚਾਹੀਦੀ ਆ ਤੇ ਮਿਲਟਰੀ ਸਹਾਇਤਾ ਚਾਹੀਦੀ ਆ ਉਸ ਤੇ ਵਿੱਚ ਕੋਈ ਉਹਨਾਂ ਨੂੰ ਸਮਰਥਨ ਨਹੀਂ ਮਿਲਰੀਆ ਹੈਗਾ ਡੈਮੋਕ੍ਰੇਟ ਪਾਰਟੀ ਨੇ ਕੋਸ਼ਿਸ਼ ਕਰ ਰਹੇ ਸੀਗੇ ਵੀ ਭਾਈ ਪ੍ਰੈਜ਼ੀਡੈਂਟ ਵੀ ਵੀ ਇਹਨਾਂ ਨੂੰ ਕੁਛ ਨਾ ਕੁਛ ਰਾਸ਼ੀ ਜਿਹੜੀ ਉਹ ਖ ਮਿਲ ਜਵੇ ਜਦੋਂ ਰਿਪਬਲਿਕਨਸ ਨੇ ਨਾ ਕੀਤੀ ਤਾਂ ਉਹਨਾਂ ਨੇ ਹੁਣ ਜ਼ੇਲੈਂਸਕੀ ਉਹਨਾਂ ਨੂੰ ਇੱਥੇ ਸੱਦਿਆ ਵੀ ਸੀਗਾ ਉਹ ਆਏ ਵੀ ਸੀ ਇਸੇ ਕਰਕੇ ਵੀ ਭਾਈ ਉਹਨਾਂ ਨੂੰ ਮਿਲਟਰੀ ਦੀ ਸਹਾਇਤਾ ਜਿਹੜੀ ਉਹ ਮਿਲੇ ਪਰ ਉਹਨਾਂ ਨੇ ਜਿਹੜਾ ਹਾਲ ਦੀ ਘੜੀ ਲੋਕਾਂ ਦਾ ਜਾਂ ਇਹਨਾਂ ਲਾ ਮੇਕਰਸ ਦਾ ਮਨ ਬਦਲਣ ਦੇ ਵਿੱਚ ਨਾਕਾਮਯਾਬ ਹੀ ਰਹੇ ਆ ਸੈਂਟਰਲ ਐਂਡ ਜੀ ਗ੍ਰਾਹਮ ਨੇ ਜ਼ਲੈਂਸਕੀ ਹੁਣਾਂ ਨੂੰ ਕਿਹਾ ਸੀਗਾ ਵੀ ਉਹ ਧੰਨਵਾਦ ਕਰਨ ਮਾਈਕ ਜੌਨਸਨ ਦਾ ਜਿਹੜੇ ਸਪੀਕਰ ਨੇ ਵੀ ਉਹ ਸਪੈਂਡਿੰਗ ਪੈਕੇਜ ਨੂੰ ਇਸ ਦੇ ਉੱਤੇ ਵੋਟ ਕਰਵਾਉਣ ਦੇ ਲਈ ਹਾਮੀ ਵੀ ਜਿਹੜੀ ਉਹ ਭਰ ਰਹੇ ਹੈਗੇ ਆ ਸੋ ਦੇਖੋ ਵੀ ਅੱਗੇ ਹੁਣ ਕੀ ਬਣਦਾ ਆ ਅ ਵੀ ਕੀ ਇਸ ਦੇ ਵਿੱਚ ਬਣੂਗਾ ਪਰ ਜਿੱਦਾਂ ਰੂਸ ਦੇ ਪੱਤੇ ਵੀ ਵਿਕੇ ਆ ਯੂਕਰੇਨ ਰੂਸ ਦੇ ਨਾਲ ਸਿੰਘ ਤਾਂ ਹੀ ਫਸਾਈ ਬੈਠਾ ਆ ਸਿਰ ਤਾਂ ਹੀ ਫਸਾਈ ਬੈਠਾ ਆ ਜਿਸ ਨੂੰ ਵੈਸਟ ਦੇ ਮੁਲਕਾਂ ਦੇ ਵੱਲੋਂ ਲਗਾਤਾਰ ਜਿਹੜੀ ਸਹਾਇਤਾ ਆ ਰਾਸ਼ੀ ਆ ਉਹ ਮਿਲ ਰਹੀ ਹੈਗੀ ਆ ਤੇ ਜੇ ਇਹ ਰਾਸ਼ੀ ਮਿਲਨੀ ਬੰਦ ਹੁੰਦੀ ਆ ਤਾਂ ਯੂਕਰੇਨ ਦੇ ਕਾਫੀ ਹਾਲਾਤ ਮਾੜੇ ਜਿਹੜੇ ਉਸ ਦੇ ਵਿੱਚ ਬਣਾ ਸਕਦੇ ਆ ਸੋ ਕਹਿੰਦੇ ਵੀ ক্লোਜ਼ਡ ਡੋਰ ਮੀਟਿੰਗਸ ਇਹਨਾਂ ਦੀਆਂ ਹੋਈਆਂ ਕਹਿੰਦੇ ਫ੍ਰੈਂਡਲੀ ਤੇ ਕੈਂਡੀਡੇਟ ਕਨਵਰਸੇਸ਼ਨ ਉਹਨਾਂ ਦੀ ਹੋਈ ਹੈ ਜਲਨਚਕੀ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੇ ਹੋਏ ਆਖਿਆ ਆ ਤੇ ਕਹਿੰਦੇ ਵੀ ਪਰਸਨਲ ਸਪੋਰਟ ਤਾਂ ਹੋ ਕਰ ਰਿਹਾ ਪਰ ਹੁਣ ਉਹਨਾਂ ਨੂੰ ਸਾਰਿਆਂ ਦੀ ਇਸ ਦੇ ਵਿੱਚ ਸਪੋਰਟ ਦੀ ਜ਼ਰੂਰਤ ਰਹੇਗੀ ਸੋ ਬਿਲਕੁਲ ਕਹਿੰਦੇ ਵੀ ਜਿਹੜਾ ਮੈਕਸੀਕੋ ਦਾ ਬਾਰਡਰ ਆ ਉਹਦੇ ਉੱਤੇ ਜਿਹੜਾ ਕ੍ਰਾਈਸਿਸ ਆ ਉਹ ਯੂਕਰੇਨ ਨੂੰ ਇੱਕ ਤਰ੍ਹਾਂ ਦੇ ਨਾਲ ਅਸਰ ਕਰ ਰਿਹਾ ਹੈਗਾ ਬੀਬੀਸੀ ਨੇ ਵੀ ਅੱਜ ਇਹ ਰਿਪੋਰਟ ਛਾਪੀ ਆ ਵੀ ਜੇ ਸਹਾਇਤਾ ਯੂਕਰੇਨ ਨੂੰ ਨਹੀਂ ਮਿਲਦੀ ਤੇ ਇਹਦਾ ਜਿਹੜਾ ਅਸਰ ਆ ਉਹ ਯੂਕਰੇਨ ਦੇ ਉੱਤੇ ਬਹੁਤ ਵੱਡਾ ਪਊਗਾ ਜੇਲਨਸਕੀ ਹੁਣੀ 60 ਬਿਲੀਅਨ ਡਾਲਰ ਦਾ ਏਡ ਪੈਕੇਜ ਮੰਗ ਰਿਹਾ ਹੈਗੇ ਆ ਯੂਕਰੇਨ ਦੀ ਫਾਸਿਲਿਟੀ ਓਲੇਨਾ ਜੇਲਨਸਕਾ ਉਹਨਾਂ ਨੇ ਵੀ ਵਾਰਨਿੰਗ ਦਿੱਤੀ ਆ ਵੀ ਅਸੀਂ ਇੱਕ ਤਰ੍ਹਾਂ ਨਾਲ ਬਹੁਤ ਖਤਰੇ ਦੇ ਵਿੱਚ ਹੈਗੇ ਆ ਜੇ ਅਮਰੀਕਾ ਦੀ ਸਪੋਰਟ ਸਾਨੂੰ ਨਹੀਂ ਮਿਲਦੀ ਹੈਗੀ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੇ ਕੋਸ਼ਿਸ਼ ਤਾਂ ਕਰ ਰਿਹਾ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਸਹਿਮਤੀ ਹੋਵੇ ਤੇ ਉਹਨਾਂ ਦੀ ਜਿਹੜੀ ਸਪੋਰਟ ਕੀਤੀ ਜਾਵੇ ਕੇ ਇਨਸਟੀਚਿਊਟ ਆ ਇੱਕ ਉਹ ਟਰੈਕ ਕਰਦੀ ਆ ਸਪੋਰਟ ਉਹਨਾਂ ਨੇ ਕਿਹਾ ਜੀਯੂਐਸਏ ਨੇ ਹੁਣ ਤੱਕ 44 ਬਿਲੀਅਨ ਬੌਂਡ ਬਰਥ ਮਿਲਟਰੀ ਇਕਪਮੈਂਟ ਜਿਹੜਾ ਦਿੱਤਾ ਹੈ ਜਰਮਨੀ ਸੈਕੰਡ ਆ ਜਿਨ੍ਹਾਂ ਨੇ 18 ਬਿਲੀਅਨ ਡਾਲਰ ਦਾ ਦਿੱਤਾ ਹੈ ਯੂਕੇ ਨੇ 6.9 ਬਿਲੀਅਨ ਨਾਰਵੇ 3.8 ਬਿਲੀਅਨ ਫਿਰ ਡੈਨਮਾਰਕ ਪੋਲੈਂਡ ਨੀਦਰਲੈਂਡ ਕੈਨੇਡਾ ਨੇ ਵੀ 2.1 ਬਿਲੀਅਨ ਡਾਲਰ ਦਿੱਤਾ ਫਿਨਲੈਂਡ ਨੇ 1.5 ਬਿਲੀਅਨ ਡਾਲਰ ਸੋ ਇਹ ਸਾਰੇ ਮੁਲਕ ਜਿਹੜੇ ਆ ਯੂਕਰੇਨ ਨੂੰ ਸਹਾਇਤਾ ਦੇ ਰਹੇ ਆ ਪਰ ਹੁਣ ਬੜਾ ਇੱਕ ਜੰਕਸ਼ਨ ਇਸ ਤੇ ਪਹੁੰਚ ਚੁੱਕੇ ਆ ਕਿ ਜਿੱਥੇ ਉਹਨਾਂ ਨੂੰ ਇਸ ਸਪੋਰਟ ਦੀ ਬਹੁਤ ਜ਼ਰੂਰਤ ਹੈਗੀ ਆ ਤੇ ਅ ਬਾਕੀ ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਹੈਗੀ ਆ ਕਣਕ ਦੀ ਉਹਦੇ ਵਿੱਚ ਵੀ ਕਈ ਵਾਰੀ ਰੋਕ ਦਿੱਤੀ ਜਾਂਦੀ ਆ ਬਾਹਰ ਭੇਜਣ ਦੇ ਲਈ ਸੋ ਥੱਕੇ ਵੀ ਪਏ ਆ ਕਹਿੰਦੇ ਲੋਕ ਲੜ ਕੇ ਕਿਉਂਕਿ ਹੁਣ 20 ਮਹੀਨੇ ਦੇ ਕਰੀਬ ਹੋ ਚੁੱਕੇ ਆ ਆਜ਼ਾਦੀ ਲੜਾਈ ਲੱਗੀ ਹੋਈ ਆ ਰਸ਼ੀਆ ਵਾਲੇ ਵੀ ਥੱਕੇ ਪਏ ਆ ਤੇ ਯੂਕਰੇਨ ਵਾਲੇ ਵੀ ਜਿਹੜੇ ਆ ਫੌਜੀ ਜਿਹੜੇ ਲੜ ਰਹੇ ਆ ਉਹ ਪੂਰੀ ਤਰ੍ਹਾਂ ਟਾਇਰਡ ਹੋਏ ਪਏ ਆ ਮਿਲੀਅਨਸ ਆਫ ਲੋਕ ਯੂਕਰੇਨ ਨੂੰ ਛੱਡ ਕੇ ਵੱਖ-ਵੱਖ ਮਲਕਾਂ 'ਚ ਪਹੁੰਚ ਚੁੱਕੇ ਅਮਰੀਕਾ 'ਚ ਵੀ ਬਹੁਤ ਆਏ ਆ ਜਿਨ੍ਹਾਂ ਨੇ ਪਲੀਟਿਕਲ ਸਾਇਲੰਸ ਲਾਇਆ ਕੈਨੇਡਾ ਚ ਕਹਿੰਦੇ 1 ਮਿਲੀਅਨ ਤੱਕ ਯੂਕਰੇਨ ਦੇ ਲੋਕ ਆਜ ਪਹੁੰਚੇ ਹੈਗੇ ਸੋ ਬਹੁਤ ਵੱਡੀ ਗਿਣਤੀ ਚ ਲੋਕ ਉਥੋਂ ਮੂਵ ਵੀ ਹੋ ਰਹੇ ਹੈ